ਕਿੱਦਾਂ ਕਾਫਲਾ ਮੱਕਾ ਮੁਕਰਮਾ ਤੋਂ ਕੂਫੇ ਪਹੁੰਚਿਆ ਵੇ, ਲੋਕ ਕੂਫੀਆਂ ਨੇ ਵਫਾ ਦਾ ਐਲਾਨ ਕੀਤਾ ਵੇ, ਮੇਰੇ ਇਮਾਮ ਨੇ ਖਤ ਪੜਿਆ ਏ ਜਦੋਂ ਮੱਕਾ ਮੁਕਰਮਾ ਤੋਂ ਦੋਸਤਾ ਯਕਮ ਮੁਹਰਮ ਦਾ ਦੇਣੀ ਇਮਾਮ ਕਰਬਲਾ ਪਹੁੰਚਦੇ ਪੈ ਨਹੀਂ, ਉੱਧਰ ਇਬਨੇ ਜ਼ਿਆਦ ਨਹੀਂ ਇਮਾਮੇ ਮੁਸਲਮ ਦੇ ਬੱਚਿਆਂ ਨੂੰ ਔਰ ਇਮਾਮ ਨੂੰ ਗ੍ਰਿਫਤਾਰੀ ਦੇ ਆਰਡਰ ਜਾਰੀ ਨਹੀਂ, ਜਦੋਂ ਇਮਾਮ ਦੇ ਦੋਨੋਂ ਸ਼ਹਜ਼ਾਦੇ ਕਾਜ਼ੀ ਸ਼ਰਾਏ ਦੋਸਤਾ ਉਹਦੇ ਕੋਲ ਨਹੀਂ ਕਿ ਮੇਰੇ ਆਕਾ ਨੀਆਂ ਦੇ ਉੱਤੇ ਸ਼ਾਨ ਵਾਲੇ ਨਹੀਂ, ਮੇਰੇ ਨਬੀ ਸ਼ਾਨ ਵਾਲੇ ਨਹੀਂ, ਮੈਂ ਖਾਨਦਾਨ ਰਸੂਲ ਹਾਂ, ਮੇਰੇ ਬੱਚੇ ਨਬੀ ਦਾ ਖਾਨਦਾਨ ਹੀ, ਆਲੇ ਅਕੀਲੇ ਹੈਦਰ ਕਰਾਰ ਦੇ ਭਤੀਜੇ ਦੇ ਪੁੱਤਰ ਨਹੀਂ, ਜਾਨਣਾ ਨਹੀਂ ਮੈਂ ਖਾਨਦਾਨ ਰਸੂਲ ਹਾਂ, ਮੇਰੇ ਸ਼ਹਜ਼ਾਦਿਆਂ ਨੂੰ ਮਦੀਨਾ ਪਾਕ ਭੇਜਦਿਆ ਜੀ, ਪਤਾ ਨਹੀਂ ਕੱਲ੍ਹ ਮੇਰੇ ਨਾਲ ਕਿਆ ਗੁਜ਼ਰ ਜਾਣੀ ਹੈ। ਜਦੋਂ ਦੋਸਤਾਂ ਇਤਨੀ ਬਾਤ ਹੋਈ ਹੈ ਉੱਧਰ ਨੌਜ਼ਲ ਹੱਜ ਦਾ ਦੇਣੀ ਇਮਾਮੇ ਮੁਸਲਮ ਨੂੰ ਗ੍ਰਿਫਤਾਰ ਹੋ ਗਏ ਨਹੀਂ, ਇਮਾਮ ਨੂੰ ਸ਼ਹੀਦ ਕੀਤਾ ਹੈ, ਇੱਕ ਮਹੀਨੇ ਦਾ ਗਾਇਬ ਹੈ। ਜਦੋਂ ਦੋਸਤਾਂ ਅਰਜ਼ ਕਰਦਾ ਪਿਆ ਵੇ ਇਮਾਮੇ ਮੁਸਲਮ ਨੂੰ ਸ਼ਹੀਦ ਕਰ ਦਿੱਤਾ ਗਿਆ ਵੇ, ਉੱਧਰ ਦੋਨੋਂ ਬੱਚੇ ਨਹੀਂ, ਕਾਜ਼ੀ ਜੀ ਕਿਆ ਆਪਣੇ ਅੱਬੂ ਦਾ ਲਾਸ਼ਾ ਵੇਖ ਸਕਦੇ ਹਾਂ, ਸ਼ੇਰ ਕੇ ਚੱਕ ਦਾ ਮਾਸਟਰ ਹੋਵੇ, ਬੱਚਾ ਪੀਸ ਲੈ ਕੇ ਨਹੀਂ ਆਇਆ, ਬੱਚਿਆ ਕੱਲ੍ਹ ਲੈ ਕੇ ਆਉਣਾ ਨਹੀਂ ਆਇਆ, ਕੱਲ੍ਹ ਲੈ ਕੇ ਆਵੀ ਨਹੀਂ ਆਇਆ, ਮਾਸਟਰ ਛੜੀ ਚੁੱਕੇਗਾ, ਬੱਚੇ ਦੀਆਂ ਅੱਖਾਂ ਡੁੱਲ ਪਈਆਂ, ਬੱਚਿਆ ਕਿਉਂ ਰੋਇਆ, ਮਾਸਟਰ ਜੀ ਮੈਂ ਯਤੀਮ ਹਾਂ, ਮੇਰੀ ਮਾਂ ਲੋਕਾਂ ਕਰ ਕੰਮ ਕਰਦੀ ਹੈ, ਸਾਡਾ ਪੇਟ ਪਾਲੇ ਜਾਂ ਫੀਸਾਂ ਦੇਵੇ, ਸਖਤ ਦਿਲ ਮਾਸਟਰ ਵੀ ਬੱਚੇ ਦੇ ਸਿਰ 'ਤੇ ਹੱਥ ਰੱਖ ਦੇਵੇਗਾ, ਨਾ ਬੱਚਿਆ ਰੋਵੀ, ਤੇਰੀ ਫੀਸ ਮੈਂ ਦੇਵਾਂਗਾ, ਤੇਰਾ ਖਰਚਾ ਮੈਂ ਕਰਾਂਗਾ, ਤੇਰੇ ਨਾਲ ਮੁਹੱਬਤ ਕਰਨਾ ਗਲੇ ਲੱਗ ਜਾਣਾ, ਤੇਰੀ ਫੀਸ ਮੈਂ ਦੇਵਾਂਗਾ, ਪੱਥਰ ਦਿਲ ਬੰਦਾ ਵੀ ਪਿਆਰ ਕਰਦਾ ਹੈ, ਉਹਨਾਂ ਜ਼ਾਲਮਾਂ ਨੂੰ ਕਿਵੇਂ ਦੱਸਾਂ ਜਿਨ੍ਹਾਂ ਨਬੀ ਦੇ ਯਾਲ ਦੇ ਬਚੜਿਆਂ ਨੂੰ ਇਮਾਮ ਮੁਸਲਮ ਦਾ ਲਾਸ਼ਾ ਵੇਖਣ ਵੀ ਨਹੀਂ ਦਿੱਤਾ। ਕਾਜ਼ੀ ਜੀ ਕਿਆ ਅਸੀਂ ਯਤੀਮ ਹੋ ਗਏ ਹਾਂ? ਹਾਂ ਬੱਚਿਓ ਤੁਸੀਂ ਯਤੀਮ ਹੋ ਗਏ ਹੋ। ਆਦੇ ਕਾਜ਼ੀ ਜੀ ਅਸੀਂ ਆਪਣੇ ਅੱਬੂ ਦੇ ਹੱਥ ਪਕੜ ਕੇ ਆਏ ਸਾਂ, ਅਸੀਂ ਵੱਸਦੇ ਆਏ ਸਾਂ, ਉੱਜੜ ਕੇ ਜਾ ਰਹੇ ਹਾਂ, ਅੱਬੂ ਵਾਲੇ ਆਏ ਸਾਂ, ਯਤੀਮ ਹੋ ਕੇ ਜਾ ਰਹੇ ਹਾਂ, ਅਸੀਂ ਦੁਨੀਆਂ 'ਚ ਜਾਣ ਵਾਲੇ ਆਏ ਸਾਂ, ਅੱਜ ਨਬੀ ਹੋ ਕੇ ਜਾ ਰਹੇ ਹਾਂ, ਕਿ ਆਬੂ ਦਾ ਲਾਸ਼ ਆਓ ਵੇਖ ਨਹੀਂ ਸਕਦੇ? ਨਾ ਬੱਚਿਓ ਕਾਜ਼ੀ ਸ਼ਰੈਕ ਇਹ ਰਿਸਕ ਨਹੀਂ ਲੈਗਾ ਕਿਤੇ ਆਪਣੇ ਜ਼ਿਆਦ ਦੇ ਸਿਪਾਹੀ ਤੁਹਾਨੂੰ ਗ੍ਰਿਫਤਾਰ ਨਾ ਕਰ ਲੈਣ। ਜ਼ਰਾ ਸੁਣੀਏ ਸੁਣੀਏ ਜ਼ੁਲਮ ਦੀ ਇੰਤਹਾ ਵੇਖੋ, ਦੋਨਾਂ ਸ਼ਹਜ਼ਾਦਿਆਂ ਨੂੰ ਜਿਹੜੇ ਵੇਲੇ ਦੋਸਤਾਂ ਅਰਜ਼ ਕਰਦਾ ਪਿਆ ਵੀ ਅਲਵਿਦਾ ਕੇ ਆਵੇ, ਕਾਜ਼ੀ ਜੀ ਰਸਤੇ 'ਚ ਕੋਈ ਪੁੱਛੇ ਕੀ ਦੱਸੀਏ, ਪੁੱਤਰੋ ਕੀ ਦੱਸਣਾ ਹੈ, ਯਤੀਮੋ ਉਹ ਸੁਣੋ ਮੇਰੇ ਬੇਟੋ, ਆਪਣੇ ਅੱਬੂ ਨੂੰ ਚੁੰਮਿਆ ਕਰੋ, ਗਲੇ ਲਾਇਆ ਕਰੋ, ਅੰਮੀ ਨੂੰ ਚੁੰਮਿਆ ਕਰੋ, ਗਲੇ ਲਾਇਆ ਕਰੋ, ਮਰਜ਼ੀ ਦੀ ਰੋਟੀ ਖਾਣ ਦਿੰਦੇ ਜੇ, ਮਰਜ਼ੀ ਦਾ ਸਾਲਣ ਪਾਉਣ ਦਿੰਦੇ ਜੀ, ਮਰਜ਼ੀ ਨਾਲ ਗੱਡੀ ਚਲਾਉਣ ਦਿੰਦੇ ਜੇ, ਮਰਜ਼ੀ ਦੇ ਨਾਲ ਤੁਰਨ ਫਿਰਨ ਦਿੰਦੇ ਜੇ, ਮਰਜ਼ੀ ਨਾਲ ਕੱਪੜੇ ਲੈ ਕੇ ਦੇ ਦਿੰਦੇ ਜੇ, ਜਿੱਦਣ ਮਾਈ ਬਾਪ ਮਰ ਗਏ ਤੇਰੀਆਂ ਮਰਜ਼ੀਆਂ ਮੁੱਕ ਜਾਣੀਆਂ ਨੇ, ਚਾਚਿਆਂ ਦਾ ਨੌਕਰ ਬਣ ਜਾਣਾ ਵੇ, ਚਾਚੀਆਂ ਦਾ ਨੌਕਰ ਬਣ ਜਾਣਾ, ਮਾਸੜਾਂ ਦਾ ਨੌਕਰ ਬਣ ਜਾਣਾ ਵੇ, ਮਾਸੀਆਂ ਦਾ ਨੌਕਰ ਬਣ ਜਾਣਾ, ਮਾਮਿਆਂ ਦਾ ਨੌਕਰ ਬਣ ਜਾਣਾ, ਹਾਏ ਸ਼ਾਲਾ ਮਰਨ ਨਾ ਬਾਪ ਕਿਸੇ ਦੇ, ਨਾ ਹੋਣ ਯਤੀਮ ਨ ਮਾਣੇ, ਯਤੀਮਾਂ ਤਾਈਂ ਦੁਨੀਆਂ ਅੰਦਰ ਸੀਨੇ ਕੌਣ ਲਗਾਵੇ, ਇਹਨਾਂ ਨੇ ਲਾਏ ਹੋਏ ਇਹਨਾਂ ਲਹਿਰਾਜ ਨੂੰ। ਜਦੋਂ ਦੋਨੋਂ ਸ਼ਹਜ਼ਾਦੇ ਈਦ ਦਾ ਦਿਹਾੜਾ ਵੇ, ਹਾਏ ਅੱਬੂ ਜੀ ਅੱਜ ਈਦ ਲੈਣੀ ਏ, ਕਿਨੂੰ ਈਦ ਮਿਲੀਏ, ਸੱਯਦ ਦੇ ਬੱਚੜੇ ਨੇ, ਈਦ ਦਾ ਦਿਹਾੜਾ ਏ, ਇਮਾਮ ਮੁਸਲਮ ਦਾ ਲਾਸ਼ ਆਓ ਬੇਗੋਰੋ ਕਫਨ ਪਿਆ ਵੇ, ਮੇਰੇ ਹੁਸੈਨ ਦੇ ਚੱਚਾ ਦਾ ਲਾਸ਼
ਲਾਸ਼ ਹੈ ਮੇਰੇ ਹੁਸੈਨ ਦੇ ਦੋਸਤਾ, ਕਜ਼ਨ ਪਤਰੇਰ ਦਾ ਲਾਸ਼ ਹੈ, ਜਦੋਂ ਦੋਸਤਾ ਮੁਸਲਮ ਦਾ ਲਾਸ਼ਾ ਪਿਆ ਹੈ। ਆਂਦੇ ਯਤੀਮੋ ਬੇਕਸ ਮਜਬੂਰ ਤਨਹਾ ਮੁਸਾਫਰ ਹੈ ਮਦੀਨੇ ਕੇ, ਹਮ ਹੈ ਟੁਕੜੇ ਹਜ਼ਰਤ ਮੁਸਲਮ ਕੇ ਸੀਨੇ ਕੇ। ਮੈਂ ਦੇਖਿਆ ਨਹੀਂ, ਮੈਂ ਰੋ ਰਿਹਾ ਵੀ, ਤੁਸੀਂ ਵੇਖਿਆ ਨਹੀਂ, ਆ ਬਜ਼ੁਰਗ ਰੋ ਰਹੇ ਨੇ, ਅੱਖਾਂ ਚੋਂ ਆਂਸੂ ਨੇ, ਵਜ੍ਹਾ ਕਿਆ ਹੈ? ਆਖਰ ਆਲੇ ਮੁਹੰਮਦ ਕਾ ਦਰਦ ਰੱਖਣੇ ਵਾਲੇ ਬੈਠੇ, ਨਾਸਰ ਮਦਨੀ ਤੇਰੇ ਗਾਉਂ ਆਇਆ ਵੇ, ਸੈਯਦਜ਼ਾਦਿਆਂ ਦਾ ਦਰਦ ਬਿਆਨ ਕਰ ਰਿਹਾ ਵੀ, ਅਰਜ਼ ਕਰਨਾ ਚਾਹ ਰਿਹਾ ਵੀ, ਜਦੋਂ ਆਲੇ ਬੈਦ ਦਾ ਦਰਦ ਬਿਆਨ ਕਰ ਰਿਹਾ ਵੀ, ਜਦੋਂ ਇਮਾਮ ਆਲੀ ਮੁਕਾਮ ਹਸਨੈਨ ਦੇ ਨਾਂ ਨਾ ਜਾਨ ਨੂੰ ਮਾਨਣੇ ਵਾਲੋ, ਜ਼ਰਾ ਸੁਣੀਏ, ਛੋੜੋ ਸਾਰੀ ਦੁਨੀਆ ਸੇ ਰਾਬਤੇ, ਆਲੇ ਮੁਹੰਮਦ ਕਾ ਦਰਦ ਸੁਣੀ, ਇੱਕ ਇੱਕ ਲਫ਼ਜ਼ ਮੇਂ ਨੋਰ ਰੱਖੇ, ਆਂਖੇ ਆਪਣੀ ਆਲੇ ਮੁਹੰਮਦ ਕੇ ਗੁਨਾਹ ਜੀ ਲੈ ਜਾਏ ਤਸੱਵਰ ਮੇਂ, ਵੋ ਬੱਚੋਂ ਪੇ ਦਿਨ ਕੈਸਾ ਗੁਜ਼ਰਾਏਗਾ, ਜਦੋਂ ਕਿਹਾ ਹੋਵੇਗਾ ਯਤੀਮੋ ਬੇਕਸ ਮਜਬੂਰ ਤਨਹਾ ਮੁਸਾ ਉਹ ਪੁੱਤਰੋ ਅੱਜ ਜਾ ਕੇ ਸੁੱਤੇ ਬਾਪ ਨੂੰ ਚੁੰਮਿਆ ਜੀ, ਬਾਪ ਕਵੇ ਪੁੱਤਰਾ ਖੈਰ, ਅਬੂ ਜੀ ਅੱਜ ਨਾਸਰ ਮਦਨੀ ਕੋਲੋਂ ਯਤੀਮਾਂ ਦੀ ਜ਼ਿੰਦਗੀ ਸੁਣ ਕੇ ਆਇਆ, ਸੈਯਦ ਦੇ ਬੱਚੜੇ ਨਹੀਂ ਪਰ ਯਤੀਮੋ ਬੇਕਸ ਮਜਬੂਰ ਤਨਹਾ ਮੁਸਾਫਰ ਹੈ ਮਦੀਨੇ ਕੇ, ਹਮ ਟੁਕੜੇ ਹਜ਼ਰਤ ਮੁਸਲਮ ਕੇ ਸੀਨੇ ਕੀ। ਹੇੜੇ ਕਾਫਲੇ ਤੋਂ ਜੁਦਾ ਹੋ ਗਏ ਨੀ, ਅੱਖਾਂ ਚੋਂ ਆਂਸੂ ਦਰਖਤ ਦੀ ਓਰ ਚ ਰਾਤ ਗੁਜ਼ਾਰੀ, ਬੀਬੀ ਕੌਣ, ਬੀਬੀ ਕੌਣ, ਬੀਬੀ ਕੌਣ? ਵੇ ਬੱਚਿਓ ਸੂਰਜ ਦੀਆਂ ਕਿਰਨਾਂ ਨਿਕਲ ਰਹੀਆਂ ਨੀ, ਤੁਹਾਡੇ ਬਚੇਰੇ ਬੜੇ ਖੂਬਸੂਰਤ ਨੇ, ਕੋਈ ਨਰਾਨੀ ਸੂਰਤਾਂ ਵਾਲੇ ਲੱਗਦੇ ਜੇ, ਕੋਈ ਸੋਹਣੀਆਂ ਸੂਰਤਾਂ ਵਾਲੇ ਲੱਗਦੇ ਜੀ। ਜਦੋਂ ਮੁਸਲਮਾਨੋਂ ਸਮੁੰਦਰ ਤੋਂ ਆਉਣੇ ਵਾਲੇ ਬਾਈਓ ਖਾਜਾ ਸਾਹਿਬ, ਜਿਹੜੇ ਕਮਲੀ ਵਾਲੇ ਮਹਿਬੂਬ ਨੂੰ ਮਾਨਣੇ ਵਾਲੋ, ਸੈਯਦਜ਼ਾਦਿਆਂ ਦਾ ਜ਼ਿਕਰ, ਮੇਰੀਆਂ ਅੱਖਾਂ ਕਿਉਂ ਵਰ ਗਈਆਂ ਆਸੂਆਂ ਨਾਲ? ਆਲੇ ਮੁਹੰਮਦ ਕਾ ਦਰਦ ਰੱਖਣੇ ਵਾਲਾ, ਆਲੇ ਮੁਹੰਮਦ ਕਾ ਚੌਕੀਦਾਰ, ਇਬਨੇ ਜ਼ਿਆਦ ਦੁਨੀਆ ਕਾ ਕੁੱਤਾ ਦਾਓ, ਸ਼ਿਮਰ ਦੁਨੀਆ ਕਾ ਕੁੱਤਾ ਦਾਓ, ਯਜ਼ੀਦ ਕੁਰਸੀ ਕਾ ਲਾਲਚੀ ਦਾਓ, ਜਿਹਨੂੰ ਖਾਨਦਾਨ ਰਸੂਲ ਕਾ ਖੂਨ ਕਾ ਪਿਆਸਾ ਦਾਓ। ਜ਼ਰਾ ਸੁਣੀਏ ਆਲੇ ਮੁਹੰਮਦ ਕਾ ਕਿਆ ਦਰਦ ਬਿਆਨ ਕਰੂੰ, ਮਜ਼ਲੂਮਾਂ ਨੇ ਕਰਬਲਾ ਕਾ ਕਿਆ ਦਰਦ ਬਿਆਨ ਕਰਨਾ ਹੂੰ। ਮੁਸਲਮਾਨੋ ਆਂਦੀ ਏ ਬੱਚਿਓ ਕੌਣ ਜੀ, ਵੇ ਕੋਈ ਹਸਬ ਨਸਬ ਦੱਸੋ। ਆਂਦਾ ਬੀਬੀ ਕੀ ਪੁੱਛਦੀ ਏ, ਅਸੀਂ ਉਜੜੇ ਹੋਏ ਆਂ, ਬਾਪ ਨਾਲੋਂ ਵਿਛੜੇ ਆਂ, ਦੁਨੀਆ 'ਚ ਕੀ ਹਸਬ ਨਸਬ ਪੁੱਛਿਆਈ? ਬੀਬੀ ਸਾਡਾ ਹਸਬ ਨਸਬ ਬੜਾ ਉੱਚਾਈ, ਬੀਬੀ ਅਸੀਂ ਸੈਯਦਾਂ ਆਲੇ ਰਸੂਲ ਐਂ, ਮਦੀਨੇ ਦੇ ਮੁਸਾਫਰਾਂ, ਯਤੀਮਾਂ ਬੇਕਸ ਮਜਬੂਰ ਤਨਹਾ ਮੁਸਾਫਰ ਹੈ ਮਦੀਨੇ ਕੇ, ਹਮ ਹੈ ਟੁਕੜੇ ਹਜ਼ਰਤ ਮੁਸਲਮ ਕੇ ਸੀਨੇ ਕੇ। ਬੀਬੀ ਨੇ ਗੱਲ ਨਾ ਲਾਇਆ, ਪਿਆਰ ਕੀਆ, ਆਓ ਮੇਰੇ ਬੱਚੋ, ਮੈਂ ਮੁਸਤਫਾ ਕੀ ਮਾਨਨੇ ਵਾਲੀ, ਬਿਆਲ ਰਸੂਲ ਕੀ ਰੋ ਕਰੂ, ਅੰਮਾ ਫਾਤਮਾ ਕੀ ਮਾਨਨੇ ਵਾਲੀ, ਆਓ ਘਰ ਲੈ ਜਾਊ।
ਦੋਨਾਂ ਬੱਚਿਆਂ ਨੂੰ ਨਲਾਇਆ ਦਲਾਇਆ ਸਲਾਇਆ ਈ ਹਾਰਸ ਦੇ ਘਰ ਦੇ ਅੰਦਰ ਨਲਾਇਆ ਈ ਹਾਰਸ ਨੇ ਕਿਤਨੀ ਤਾਰੀਖ ਦਾਰ ਦਾਰ ਕੀ ਹੈ ਦੋਨੋਂ ਬੱਚੇ ਸੋਏ ਹੋਏ ਅੱਧੀ ਰਾਤ ਕਾ ਵਕਤ ਬੱਚੇ ਬਿੜਬੜਾਏ ਹਾਏ ਅੱਬੂ ਜੀ ਅੱਬੂ ਜੀ ਅੱਬੂ ਜੀ ਦੋਨੋ ਸ਼ਹਿਜ਼ਾਦਿਆਂ ਦੀਆਂ ਅੱਖਾਂ ਚਾ ਸੁਣੀ ਹਾਰਸ ਉੱਠੇ ਆਓ ਮੇਰੇ ਘਰ 'ਚ ਸ਼ੋਰ ਕਾਹਦਾ ਹੈ ਦੋਨਾਂ ਬੱਚਿਆਂ ਨੂੰ ਵੇਖ ਆਓ ਬੱਚੇ ਬੜੇ ਖੂਬਸੂਰਤ ਨਹੀਂ ਕਹਿਣ ਲੱਗੇ ਕੌਣ ਜੇ ਬੀਬੀਆਂ ਦੀ ਨਾ ਬੋਲਿਆ ਜੇ ਕਿਤੇ ਆਪਣੇ ਵਿਆਹ ਕੋ ਨਾ ਲੈ ਜਾਏ ਆਂਦੇ ਅਸੀਂ ਮਾਮੇ ਮੁਸਲਮ ਦੇ ਬੱਚੇ ਆਓ ਹਾਰਸ ਥੱਪੜ ਮਾਰਿਆ ਬੀਬੀ ਕੁਰਾਨ ਪੜਿਆ ਵੇ ਹਯਾ ਕਰ ਵੇ ਕੁਰਾਨ ਦਿਆਂ ਵਰਕਿਆਂ ਨੂੰ ਜ਼ਮੀਨ ਤੇ ਨਾ ਪੈ ਕੁੱਲਾ ਅਸਾ ਲੁਕਮਾ ਲਈ ਅਜਰਨ ਇਲਲ ਮੁਅੱਦਾ ਤਾਂ ਬਿਲਕੁਲ ਬਾਓ ਜ਼ਰਾ ਸੁਣੀਏ ਮੈਂ ਮੌਲਵੀਆਂ ਕੋ ਕਹਿਤਾ ਹੂੰ ਊਂਟ ਕੀ ਟਾਂਗ ਕੱਟ ਜਾਏ ਸਾਰੇ ਪਾਕਿਸਤਾਨ ਦੇ ਮੁੱਲਾ ਬਿਆਨ ਕਰਦੇ ਨੇ ਊਂਟ ਦੀ ਲੱਤ ਵੱਢੀ ਗਈ ਸਿੰਧ ਵਿੱਚ ਸਾਰਿਆਂ ਵਲੋਗਰਾਂ ਨੇ ਸਾਰੇ ਯੂਟਿਊਬਰਾਂ ਨੇ ਇੱਕ ਇੱਕ ਕਲਿੱਪ ਬਣਾਇਆ ਹਾਏ ਜੀ ਜ਼ੁਲਮ ਹੋ ਗਿਆ ਸਿੰਧ ਵਿੱਚ ਊਂਟ ਦਾ ਪੈਰ ਕੱਟਿਆ ਗਿਆ ਹੈ ਓਏ ਮੌਲਵੀਓ ਖੁਦਾ ਦਾ ਖੌਫ ਕਰੋ ਊਂਟ ਦੀ ਲੱਤ ਕੱਟੇ ਤੇ ਬੋਲਦੇ ਜੇ ਜਿੱਥੇ ਖਾਨਦਾਨ ਰਸੂਲ ਕੱਟਿਆ ਜਾਏ ਉੱਥੇ ਕਿਉਂ ਨਹੀਂ ਬੋਲਦੇ ਊਂਟ ਕੀ ਟਾਂਗ ਕੱਟਵੇ ਮਸਲਾ ਹੈ ਆਲੇ ਮੁਹੰਮਦ ਕੀ ਕੋਈ ਹਸੀਅਤ ਨਹੀਂ ਊਂਟ ਕੀ ਟਾਂਗ ਪੇ ਬੋਲਤੇ ਹੋ ਹਾਂ ਅੱਲਾ ਕੇ ਹਾਂ ਤੋ ਅਗਰ ਨਬੀ ਸੇ ਨਿਸਬਤ ਹੋ ਜਾਏ ਊਂਟ ਕੀ ਤੋ ਉਸਕੀ ਵੀ ਬੜੀ ਅਹਿਮੀਅਤ ਹੈ ਸਾਲੇ ਅਲੈਹਿ ਸਲਾਮ ਸਾਊਦੀ ਅਰਬ ਮੇ ਆਜ ਵੀ ਵੋ ਜਗ੍ਹਾ ਹੈ ਜਹਾਂ ਉਨਕੀ ਊਂਟਨੀ ਕੇ ਕਦਮ ਕਾਟੇ ਗਏ ਅੱਲਾ ਨੇ ਅਜ਼ਾਬ ਭੇਜ ਦਿੱਤਾ ਚੌਂ ਬੰਦਿਆਂ ਨੇ ਚਾਰ ਪੈਰ ਕੱਟੇ ਅੱਲਾ ਨੇ ਖਾਨਦਾਨ ਦੇ ਉੱਤੇ ਬਣਾ ਦੀ ਪੂਰੀ ਨਬਿਆਲਾ ਨਬੀ ਦੀ ਕੌਮ 'ਤੇ ਅਜ਼ਾਬ ਭੇਜਿਆ ਮੈਂ ਸਵਾਲ ਕਰੂੰਗਾ ਜਿਨ੍ਹਾਂ ਨਬੀ ਦੀ ਊਂਟਨੀ ਦੇ ਪੈਰ ਕੱਟੇ ਉੱਥੇ ਅਜ਼ਾਬੇ ਲਾਈ ਆਇਆ ਵੇ ਹੋਏ ਉਹਨਾਂ ਸ਼ਿਮਰਾਂ ਦਾ ਕੀ ਬਣੇਗਾ ਜਿਨ੍ਹਾਂ ਖਾਨਦਾਨ ਰਸੂਲ ਕਰ ਦਿੱਤਾ ਹੈ ਬਸ ਖੇਤੀ ਅਲੀ ਕੀ ਮੁਝੇ ਦਿਖਾਓ ਨਾ ਅਭੀ 50 ਸਾਲ ਤੋਂ ਗੁਜ਼ਰੇ ਹੈ ਔਰ 50 ਸਾਲੋਂ ਮੈਂ ਸਾਰਾ ਖਾਨਦਾਨ ਰਸੂਲ ਕਾਢ ਦਿਆ ਇੱਕ ਇਮਾਮ ਜ਼ੈਨ ਉਲਾਬੇ ਦੀਨ ਬਚੇ ਹੁਸੈਨ ਕਾ ਇੱਕ ਬੇਟਾ ਨਬੀ ਕਾ ਇੱਕ ਬੇਟਾ ਫਾਤਮਾ ਤੁਜ਼ਾਰਾ ਕਾ ਇੱਕ ਹੀ ਬੇਟਾ ਬਚਾ ਕਰਬਲਾ ਮੈਂ ਜਿਨ੍ਹਾਂ ਨੇ ਮਸਜਿਦ ਨਬੀ ਮੈਂ ਜ਼ਰਾ ਸੁਣੇ ਮੈਂ ਇਸ ਦਫ਼ਾ ਹਜ ਪੇ ਥਾ ਤੋ ਮੈਂ ਜਿਹੜੇ ਸਵਦ ਕੋ ਚੁਬਣੇ ਚਲਾ ਤੋ ਮੁਝੇ ਗਰਮੀ ਲੱਗੀ ਰਸ਼ ਬੜਾ ਤੋ ਮੈਂ ਪੀਛੇ ਹੋ ਗਿਆ ਮਗਰ ਥੋੜ੍ਹੀ ਸੀ ਦੂਰ ਜਾ ਕੇ ਮੈਂ ਰੋਣੇ ਲਗਾ ਤੋ ਮੁਝੇ ਇੱਕ ਬੰਦਾ ਕਹਿਣ ਲਗਾ ਦੋਸਤ ਮਦਰੀ ਸਾਹਿਬ ਆਪ ਰੋਏ ਕਿਉਂ ਮੈਂ ਕਿਹਾ ਯਾਰ ਵੈਸੇ ਹੀ ਕੋਈ ਯਾਦ ਆ ਗਈ ਨਹੀਂ ਬਤਾਓ ਮੈਂ ਕਿਹਾ ਰੋਇਆ ਇਸ ਲਈ ਇਸ ਸਜਰੇ ਅਸਵਦ ਪੱਥਰ ਕੋ ਚੁਬਣੇ ਗਿਆ ਹੂੰ ਗਰਮੀ ਲੱਗੀ ਰਸ਼ ਬੜਾ ਪੀਛੇ ਆ ਗਿਆ ਮਗਰ ਲੋਕ ਚੁੰਮ ਰਹੇ ਕਿਸੇ ਕਾ ਨਾਕ ਜ਼ਖਮੀ ਹੋ ਰਹਾ ਹੈ ਕਿਸੇ ਕਾ ਹੱਥ ਜ਼ਖਮੀ ਹੋ ਰਹਾ ਹੈ ਕੋਈ ਗਿਰ ਰਹਾ ਹੈ ਮਗਰ ਟੂਟ ਟੂਟ ਕੇ ਇਸ ਕੋ ਚੁੰਮ ਰਹੇ ਮੈਨੂੰ ਕਹਾ ਸੋਚ ਰਹਾ ਹੂੰ ਇਸ ਕੋ ਮੁਸਤਫਾ ਨੇ ਇੱਕ ਦਫ਼ਾ ਚੁੰਮਾ ਹੈ ਸਾਰਾ ਜਹਾਨ ਚੁੰਮ ਰਹਾ ਹੈ ਸ਼ਿਮਰ ਕੋ ਨਹੀਂ ਪਤਾ ਥਾ ਜਿਸ ਕਾ ਸਰ ਉਤਾਰ ਰਹਾ ਇਸ ਕੋ ਨਬੀ ਬਾਰ ਬਾਰ ਚੁੰਮਤਾ ਥਾ ਜ਼ਰਾ ਸੋਚੇ ਆਜ ਆਪਣੇ ਸ਼ੇਰ ਕੇ ਚੱਕ ਨਹੀਂ ਬੈਠਣਾ ਨਿਕਲੇ ਤਸਵਰ ਮੈਂ ਕਰਬਲਾ ਚਲੇ ਸਿਰਫ ਕਰਬਲਾ ਕੀ ਬਸਤੀ ਮੇ ਮੁਸਤਫਾ ਕੇ ਫੂਲੋ ਕੋ ਦੇਖੇ ਜਿਸ ਕੋ ਨਬੀ ਚੂਮੇ ਤਪਤੀ ਰੇਤ ਪੇ ਹੁਸੈਨ ਕੋ ਮਸਲ ਦੀਏ ਯੇ ਫੂਲ ਮੁਝੇ ਤੁਮਨੇ ਦੀਏ ਇਨ ਫੂਲੋ ਕੋ ਪਿਆਰ ਸੇ ਸਜਾਇਆ ਫੂਲੋ ਕੋ ਗਲੇ ਕਾ ਹਾਰ ਬਣਾਇਆ
ਇਨਸਾਨ ਬੋਲੇ ਖਮਤਾ ਨੇ ਰਸੂਲ ਕੋ ਪਾਉ ਕੇ ਨੀਚੇ ਹੁੰਦੀ ਹੈ ਆਪਣੀ ਦੁਨੀਆ ਸੇ ਨਿਕਲੇ ਆਏ ਮੇਰੇ ਸਾਥ ਕਰਬਲਾ ਚਲੇ ਸਵਰ ਮੇ ਪਹੁੰਚੇ ਔਰ ਜ਼ਰਾ ਸੋਚੇ ਖਾਨਦਾਨ ਕੇ ਬੱਚੋਂ ਪੇ ਕਿਆ ਗੁਜ਼ਰੀ ਹੋਗੀ ਜਬ ਬਾਪ ਕਾ ਸਰ ਨੇਜ਼ੇ ਹੋਗਾ ਹੁਸੈਨ ਕੇ ਬੇਟੇ ਕੇ ਦਿਲ ਪੇ ਕਿਆ ਗੁਜ਼ਰ ਰਹੀ ਹੋਗੀ ਕਿ ਲੋਕ ਆਪਣੇ ਬਾਪ ਕੋ ਦਫਨ ਕਰਤੇ ਹੈ ਮੇਰੇ ਬਾਪ ਕਾ ਲਾਸ਼ਾ ਪੜਾ ਹੈ ਔਰ ਹੁਸੈਨ ਕਾ ਸਰ ਨੇਜ਼ੇ ਚੜਾ ਹੈ ਔਰ ਯੇ ਵੋ ਮੁਖੜਾ ਨਾਨਾ ਜੀ ਜਿਸਕੋ ਦੇਖ ਕੇ ਚੂਮਤੇ ਥੇ ਆਜ ਜ਼ਾਲਮੋ ਨੇ ਤੇਰਾ ਕਲਮੇ ਪੜ੍ਹਨੇ ਵਾਲੋ ਨੇ ਮੇਰੇ ਹੁਸੈਨ ਕੋ ਖਾ ਕਿਆ ਦਰਦ ਬਿਆਨ ਕਰੂ ਮੈਂ ਆਪਕੇ ਸਾਹਮਣੇ ਜਿਹੜੇ ਵੇਲੇ ਦੋਨੋਂ ਸ਼ਹਿਜ਼ਾਦਿਆਂ ਨੂੰ ਜਨਾਬ ਜੀ ਹਾਰਸ ਨੇ ਥੱਪੜ ਮਾਰਿਆ ਦੀ ਅਰੇ ਸੈਯਦ ਹੈ ਤਮਾਚੇ ਨਾ ਲਗਾਓ ਕੁਰਾਨ ਕੇ ਵਰਕੋ ਜ਼ਮੀ ਪਰ ਨਾ ਗਰਾਓ ਬਸਰ ਬਸ ਜ਼ਮੀ ਸਹਿਮੀ ਜਾਤੀ ਹੈ ਵੋ ਦੇਖ ਮੁਝੇ ਪਾਓ ਤਮਗਮਗੀ ਨਜ਼ਰ ਆਤੀ ਹੈ ਅਰੇ ਸੈਯਦ ਹੈ ਤਮਾਚੇ ਨਾ ਲਗਾਓ ਕੁਰਾਨ ਕੇ ਵਰ ਕੋ ਜ਼ਮੀ ਪਰ ਨਾ ਗਰਾਓ ਬਸਰ ਬਸ ਜ਼ਮੀ ਸਹਿਮੀ ਜਾਤੀ ਹੈ ਵੋ ਦੇਖ ਮੁਝੇ ਪਾਓ ਤੁਮ ਗਮਗੀ ਨਜ਼ਰ ਆਤੀ ਹੈ ਇੰਨਾ ਨੀਲਾ ਹੋਇਆ ਇੰਨੇ ਰਹਿਰਾਜ ਜਦੋਂ ਦੋਨੋਂ ਸ਼ਹਿਜ਼ਾਦਿਆਂ ਨੂੰ ਹਾਰਸ ਨੇ ਤਲਵਾਰ ਉਠਾਈਏ ਮੈਂ ਤੁਹਾਡਾ ਸਰ ਉਤਾਰਾਂਗਾ ਇਹ ਬੈਦੁੱਲਾ ਆਪਣੇ ਜ਼ਿਆਦ ਕੋ ਇਨਾਮ ਲਵਾਂਗਾ ਬੀਬੀ ਆਂਦੀ ਵੇ ਨਾ ਜ਼ੁਲਮ ਕਰ ਵੇ ਮੈਂ ਗੁਨਾਹਗਾਰੀ ਇਹਨਾਂ ਬੱਚਿਆਂ ਨੂੰ ਮੈਂ ਲੈ ਕੇ ਆਈਏ ਫਿਰ ਤੇਰੀ ਨੌਕਰੀ ਕਰਾਂਗੀ ਸਾਰੀ ਉਮਰ ਤੇਰੇ ਅੱਗੇ ਨਾ ਬੋਲਾਂਗੀ ਵੇ ਆਲੇ ਮੁਹੰਮਦ ਰਹਿਮ ਖਾ ਜਾਓ ਮਗਰ ਜ਼ਾਲਮ ਨੇ ਦੋਨਾਂ ਬੱਚਿਆਂ ਦਾ ਸਰ ਤਾਰਨਾ ਚਾਹਿਆ ਬੜੇ ਤੋਂ ਬਾਅਦ ਛੋਟਾ ਬੋਲਿਆ ਬੜਾ ਕਹਿ ਰਿਹਾ ਮੇਰੇ ਆਸ ਪੀ ਜਾਓ ਇੱਕ ਬਾਤ ਮੰਨੇ ਗਲੇ ਲੱਗ ਜਾਓ ਹਾਰ ਸੋ ਪਹਿਲੋਂ ਮੈਨੂੰ ਮਾਰੀ ਮੇਰੇ ਨੰਨੇ ਵੀਰ ਦਾ ਲਾਸ਼ਾਓ ਮੇਰੇ ਕੋਲ ਦੇਖਿਆ ਨਹੀਂ ਜਾਣਾ ਅੱਗੇ ਮੈਂ ਸ਼ੇਰ ਸੁਣਨਾ ਉਹਨਾਂ ਸਾਂ ਭਰਾ ਭਰਾਵਾਂ ਦੀਆਂ ਬਾਵਾਂ ਆਉਂਦੀਆਂ ਨੇ ਮੈਂ ਕਰਬਲਾ 'ਚ ਸ਼ੇਰ ਪੂਰਾ ਹੁੰਦਿਆਂ ਵੇਖਿਆ ਹੈ ਵੀਰ ਵੀਰਾਂ ਦੇ ਦਰਦੇ ਹੁੰਦੇ ਵੀਰ ਵੀਰਾਂ ਦੀਆਂ ਬਾਵਾਂ ਵੀਰ ਵੀਰਾਂ ਦੇ ਇਹ ਸ਼ੇਰ ਮੈਂ ਬੜਾ ਦਰਦ ਨਹੀਂ ਭਰਾ ਗੋਦ ਚੱਲਿਆ ਵੇ ਤੇ ਪਤਾ ਵੇ ਚੰਦ ਮਿੰਟਾਂ ਦੇ ਮਹਿਮਾਨ ਵੀਰ ਵੀਰਾਂ ਦੇ ਦਰਦੀ ਹੁੰਦੇ ਵੀਰ ਵੀਰਾਂ ਦੀਆਂ ਓਏ ਬਾਪ ਸਿਰਾਂ ਦੇ ਤਾਜ ਮੁਹੰਮਦ ਮਾਵਾਂ ਠੰਡੀਆਂ ਛਾਵਾਂ ਔਰ ਸ਼ੇਰ ਸੁਣਿਆ ਜੇ ਅੱਜ ਅੱਖੀ ਵਖਾਵਾਂ ਆਂਦੇ ਨੇ ਕੱਲਾ ਹੱਥ ਧੁੱਪ ਨਹੀਂ ਸਕਦਾ ਤੇ ਸੱਜਾ ਖੱਬੇ ਨੂੰ ਧੋਂਦਾ ਓਏ ਵੀਰਾ ਬਾਜ ਮੁਹੰਮਦ ਬਖਸ਼ਾ ਕੌਣ ਕਿਸੇ ਨੂੰ ਰੋਂਦਾ ਸਭੇ ਪੀੜਾਂ ਨੇ ਮੰਦੀਆਂ ਪਰ ਮੰਦੀ ਭਰਾਵਾਂ ਦੀ ਪੀੜ ਸਭੇ ਪੀੜਾਂ ਨੇ ਮੰਦੀਆਂ ਪਰ ਮੰਦੀ ਭਰਾਵਾਂ ਦੀ ਪੀੜ ਉਹ ਪਹਿਲਾਂ ਕਿਵੇਂ ਜਿਉਂਦੀਆਂ ਮਰ ਗਏ ਜਿਨ੍ਹਾਂ ਦੇ ਵੀਰ ਉਹ ਪੁੱਤਰ ਮੋਏ ਨਹੀਂ ਭੁੱਲਦੇ ਨਾਸਰਾ ਭਾਵੇਂ ਹੋ ਕੇ ਮਰਨ ਫਕੀਰ
ਵੀਰ ਉਹ ਸ਼ਾਲਾ ਮਰਨ ਨਵੀਰ ਕਿਸੇ ਦੇ ਇਲਾਹੀ ਸੁਬਾਹ ਨੂੰ ਪਰਿੰਦੇ ਜਾਂਦੇ ਨੀ ਸ਼ਾਮ ਨੂੰ ਵਾਪਸ ਆ ਜਾਂਦੇ ਨੀ ਅਜੇ ਤੱਕ ਮੇਰਾ ਵੀਰ ਨਹੀਂ ਆਇਆ ਆਂਦੀ ਸਭ ਪਰਦੇਸੀ ਵਤਨੀ ਆਏ ਤੂੰ ਹੀ ਵੀਰ ਮੋੜ ਮਹਾਰਾ ਆ ਜਾ ਮੇਰੇ ਸੋਹਣਿਆ ਵੀਰਾ ਤੈਨੂੰ ਬੈਠੀ ਵਾਜ਼ਾ ਮਾਰਾ ਉਹ ਮਿਟ ਗਏ ਉਹ ਨਿਕਸ਼ੇ ਕਦਮ ਵੀਰ ਦੇ ਮੈਨੂੰ ਇਹ ਲਾ ਆਵੇ ਖਾਵਣ ਵੇਖ ਘਰਾਂ ਨੂੰ ਚੰਦਰੇ ਲੱਗੇ ਮੇਰੀਆਂ ਅੱਖੀਆਂ ਲਾਇਆ ਸਾਵਣ ਉਹ ਡੀਗਰ ਵੇਲੇ ਹੱਦ ਕੁੜੀਆਂ ਆਪੋ ਆਪਣੇ ਵੀਰ ਖਿਡਾਵਣ ਬਾਈਆਂ ਮੋਈ ਸਮਝ ਕੇ ਮੈਥੋਂ ਆਪਣੇ ਵੀਰ ਲਗਾਵਣ ਉਹ ਸ਼ਾਲਾ ਮਰਨ ਨਾ ਵੀਰ ਕਿਸੇ ਦੇ ਤੇ ਨਾ ਹੋਣ ਨਾ ਮਾਨੀਆਂ ਪੈਣਾ ਉਹ ਜਿਸ ਭੈਣ ਦਾ ਵੀਰ ਨਾ ਕੋਈ ਉਸ ਕੀ ਦੁਨੀਆ ਤੋਂ ਲੈਣਾ ਇੰਨਾ ਨੀ ਲਾਹੋ ਇੰਨਾ ਲਹਿਰਾਜ ਮੁਸਲਮਾਨ ਨੂੰ ਅੱਜ ਵੀ ਭੈਣਾਂ ਨੂੰ ਪੂਣ ਜਾ ਵੀਰ ਖੈਰ ਭੈਣ ਮੈਂ ਸ਼ੇਰ ਕੇ ਚੱਕ ਤੋਂ ਬੋਲ ਰਹੀ ਵੀਰ ਜਿਹਨਾਂ ਦੀ ਖੈਰ ਜਿਹੜਾ ਭਰਾ ਤੇਰੇ ਨਾਲ ਬੋਲਦਾ ਨੀ ਅੱਜ ਅੱਲਾ ਨੂੰ ਪਿਆਰਾ ਹੋ ਗਿਆ ਵੀ ਪੈਦਾ ਕਰਨ ਵਾਲੇ ਦੀ ਕਸਮ ਉੱਠਣ ਨਹੀਂ ਟੈਲੀਫੋਨ ਬੰਦ ਹੋਣ ਤੋਂ ਪਹਿਲਾਂ ਆਉਂਦੀਆਂ ਵੀਰੋ ਮੈਨੂੰ ਮਾੜੀ ਨਾ ਸਮਝਿਆ ਜੇ ਵੀਰ ਦਾ ਕਫਨ ਮੈਂ ਲੈ ਕੇ ਆਉਣਾ ਹੀ ਆਖਰੀ ਜੋੜਾ ਮੈਂ ਲੈ ਕੇ ਆਉਣਾ ਹੀ ਤੂੰ 5 ਗਜ਼ ਨਾ ਦੇਵੀਂ 18 ਗਜ਼ ਲੈ ਕੇ ਆਉਂਦੀਆਂ ਨੇ ਪਰ ਇੱਕ ਹੁਸੈਨ ਦੀ ਭੈਣ ਜ਼ੈਨਬ ਕਰਬਲਾ ਵਿੱਚ ਖੜੀ ਹੈ ਅਦੀਆ ਸਰ ਮੇਰੇ ਕੋਈ ਦੋਸ਼ ਨਾ ਦੇਵੀਂ ਵੀਰਾ ਮੈਂ ਮਜਬੂਰੀ ਕਿੱਥੋਂ ਲਿਆਵਾਂ ਅੱਜ ਕਫਨ ਮੈਂ ਤੇਰਾ ਸ਼ਹਿਰ ਮਦੀਨਾ ਦੂਰੀ ਇਹ ਬਹਿਣੇ ਵੀ ਬੜਾ ਕਰੀਬੀ ਰਿਸ਼ਤਾ ਹੁੰਦਾ ਹੈ ਆਪਣੇ ਬੱਚੋਂ ਕੋ ਕਮ ਰੋਤੀ ਹੈ ਭਾਈਓ ਕੋ ਜ਼ਿਆਦਾ ਰੋਤੀ ਹੈ ਕਹਿੰਦੀ ਇਹ ਦੁਨੀਆਂ ਚ ਸ਼ਿਮਰਾਂ ਮੇਰੇ ਵੀਰ ਦੀ ਲਾਸ਼ ਦੇ ਨੇੜਿਓਂ ਲੈ ਕੇ ਲੰਘੀ ਜਿਹੜੇ ਵੇਲੇ ਹੁਸੈਨ ਪਾਕ ਦਾ ਲਾਸ਼ਾ ਜ਼ਮੀਨ ਤੇ ਪਿਆ ਸਰੇ ਹੁਸੈਨ ਨੇ ਦੇ ਆਂਦੀ ਹੈ ਸਰ ਮੇਰੇ ਵੇ ਵੀਰਾ ਕਿਤੇ ਕਿਆਮਤ ਨੂੰ ਅੰਮੀ ਫਾਤਮਾ ਨੂੰ ਨਾ ਕਹਿ ਦਈ ਲੋਕਾਂ ਦੀਆਂ ਭੈਣਾਂ ਵੀਰ ਤੋਰ ਕੇ ਜਾਂਦੀਆਂ ਨੇ ਮੇਰੀ ਭੈਣ ਜ਼ੈਨਬ ਲਾਸ਼ ਦੇ ਨੇੜਿਓਂ ਲੰਘ ਗਈ ਆਂਦੀ ਹੈ ਸਰ ਮੇਰੇ ਜ਼ਰਾ ਤਸੱਵਰ ਕਰਬਲਾ ਚਲੀਏ ਮੈਦਾਨੇ ਕਰਬੋਬਲਾ ਦਾ ਨਕਸ਼ਾ ਏ ਖੁਦਾ ਵਾਸਤੇ ਸ਼ੇਰ ਚੱਕ ਚੋਂ ਨਿਕਲੋ ਅੱਜ ਨਿਕਲੋ ਰਾਵੀ ਦੇ ਇਲਾਕੇ ਚੋਂ ਜ਼ਰਾ ਤਸੱਵਰ ਚ ਆਲੇ ਮੁਹੰਮਦ ਦਾ ਦਰਦ ਸੁਣੀਏ ਸ਼ਹਦਾ ਕਰਬਲਾ ਦਾ ਦਰਦ ਸੁਣੀਏ ਜਦੋਂ ਦੋਸਤਾ ਸਹੀ ਆਜ਼ਾਦਿਆਂ ਦਾ ਦਰਦ ਹੈ ਆਂਦੀ ਹੈ ਸਰ ਮੇਰੇ ਕੋਈ ਦੋਸ਼ ਨਾ ਦੇਵੀ ਵੀਰਾ ਮੈਂ ਮਜਬੂਰੀ ਕਿਵੇਂ ਕਢਾਵਾਂ ਅੱਜ ਕਬਰ ਮੈਂ ਤੇਰੀ ਤੇਰੀ ਭੈਣ ਬੜੀ ਮਜਬੂਰੀ ਕਿਵੇਂ ਕਢਾਵਾਂ
ਅੱਜ ਖਬਰ ਮੈਂ ਤੇਰੀ ਤੇਰੀ ਭੈਣ ਬੜੀ ਮਜਬੂਰੀ ਤਿੰਨ ਦਿਨ ਸ਼ਹੀਦਾਂ ਦੀਆਂ ਲਾਸ਼ਾਂ ਪਈਆਂ ਨੇ ਇਮਾਮ ਦਾ ਨੁਲਾਬੇ ਦੀਨਾਂ ਦੇ ਪੁੱਪੀ ਰੋਂਦੀ ਕਿਉਂ ਵੇ ਵੇ ਮੇਰਾ ਪੁੱਤਰ ਆਬਦ ਲੋਕਾਂ ਦੀਆਂ ਧੀਆਂ ਗੁਜਰਨ ਭਰਾ ਆ ਜਾਂਦੇ ਨੇ ਮਾਮੇ ਆ ਜਾਂਦੇ ਨੇ ਚਾਚੇ ਆ ਜਾਂਦੇ ਨੇ ਅੱਜ ਦੁਨੀਆਂ ਚ ਰਸੂਲੇ ਖੁਦਾ ਦੀ ਦੋਤਰੀਏ ਕਰਬਲਾ ਦਾ ਹਨੇਰ ਨਗਰੀਏ ਖੈਮੇ ਉੱਜੜ ਗਏ ਨੇ ਮੇਰੇ ਬਾਬੇ ਅਲੀ ਦਾ ਬਾਗ ਖੱਟ ਗਿਆ ਹੈ ਮੇਰੀ ਅੰਮੀ ਫਾਤਮਾ ਦਾ ਗੁਸੇ ਨੂੰ ਚੜ ਗਿਆ ਹੈ ਰਿਸ਼ਤੇਦਾਰ ਨਹੀਂ ਆਏ ਖਾਨਦਾਨ ਨਹੀਂ ਆਇਆ ਆਦਿ ਵੇ ਪੁੱਤਰਾ ਕੀ ਪੁੱਛਦਾ ਹੈ ਫੁੱਪੀ ਰੋਂਦੀ ਕਿਉਂ ਵੇ ਲੋਕਾਂ ਦੀਆਂ ਜਦ ਉਜੜਨ ਤੀਆਂ ਟੁਰ ਜਾਂਦੀਆਂ ਨੇ ਪੇਕੇ ਮੈਂ ਉਜੜੀ ਕਿਸ ਪਾਸੇ ਜਾਵਾਂ ਸਹੁਰੇ ਰਹਿ ਨਾ ਪੇਕੇ ਲੋਕਾਂ ਦੀਆਂ ਜਦ ਉਜੜਨ ਤੀਆਂ ਜਿਨ੍ਹਾਂ ਦਾ ਨਾਨਾ ਰਸੂਲ ਹੈ ਹਰਮਾਇਆ ਸਲਮਾਨ ਠਹਿਰ ਜਾਓ ਮੇਰੀ ਧੀ ਪਾਤਮਾ ਦੇ ਬੱਚੇ ਰੋ ਰਹੇ ਨੇ ਮੇਰੇ ਨਬੀ ਫਰਮਾਇਆ ਮੇਰੀ ਧੀ ਮੈਂ ਜਾ ਰਿਹਾ ਸਾਂ ਤੇਰੇ ਨੰਨੇ ਸ਼ਹਾਦਿਆਂ ਦੇ ਰੋਣੀ ਦੀ ਆਵਾਜ਼ ਆਈ ਹੈ ਹਾਂ ਬੂਜੀ ਘਰ 'ਚ ਪਾਣੀ ਨਹੀਂ ਮੇਰੀ ਧੀ ਫਾਤਮਾ ਹਸਨ ਹੁਸੈਨ ਨੂੰ ਮੇਰੀ ਗੋਦ 'ਚ ਲਿਆਉਣ ਸਰਕਾਰ ਨੇ ਜ਼ਬਾਨੇ ਨਬੂਅਤ ਨਿਕਾਲੀ ਹਰਮਾਇਆ ਲੈ ਉਹ ਮੇਰੇ ਸ਼ਹਾਦਿਓ ਆਪਣੇ ਨਾਨੇ ਦੀ ਜ਼ਬਾਨ ਚੂਸ ਕੇ ਪਿਆਸ ਖਤਮ ਕਰ ਲਓ ਤੇਰੇ ਨਾਨੇ ਕੋਲੋਂ ਤੇਰਾ ਪਿਆਸਾ ਰਹਿਣਾ ਬਰਦਾਸ਼ਤ ਨਹੀਂ ਹੁੰਦਾ ਨਾਨਾ ਜੀ ਜਿਹਨੂੰ ਜ਼ਬਾਨ 'ਚ ਸਾਂਦੇ ਦੋ ਅੱਜ ਹੁਸੈਨ ਲੁੱਟ ਗਿਆ ਹੈ ਲੋਕਾਂ ਦੀਆਂ ਜਦ ਉਜੜਨ ਤੀਆਂ ਹੁਰ ਜਾਂਦੀਆਂ ਨੇ ਪੇਕੇ ਮੈਂ ਉਜੜੀ ਕਿਸ ਪਾਸੇ ਜਾਵਾਂ ਸਹੁਰੇ ਰਹਿ ਨਾ ਪੇਕੇ ਤੇ ਮੇਰਾ ਇੱਕ ਬੜਾ ਦਰਦ ਵਾਲਾ ਜੁਮਲਾ ਹੈ ਕਰਬਲਾ 'ਚ ਖਾਲੀ ਹੁਸੈਨ ਦੀ ਲਾਸ਼ ਨਹੀਂ ਆਉਣ ਮੁਹੰਮਦ ਦੇ ਲਾਸ਼ੇ ਜ਼ੈਨਬ ਦੇ ਪੁੱਤਰਾਂ ਦੇ ਲਾਸ਼ੇ ਨੇ ਭਰਾਵਾਂ ਤੋਂ ਪੁੱਤਰ ਵਾਰ ਦਿੱਤੇ ਭੈਣ ਨੇ ਇਮਾਮ ਹਸਨ ਦੇ ਪੁੱਤਰ ਦਾ ਲਾਸ਼ ਹੈ ਹਜ਼ਰਤ ਅਬਾਸ ਦਾ ਲਾਸ਼ ਹੈ ਬਾਜ਼ੂ ਕੱਟੇ ਨੇ ਗਾਜ਼ੀ ਅਬਾਸ ਦੇ ਕਮਰੇ ਬਣੀ ਆਸ਼ਮ ਦੇ ਬਾਜ਼ੂ ਕੱਟੇ ਪੜੇ ਨੇ ਅਬਾਸ ਦਾ ਲਾਸ਼ ਹੈ ਕਿਤਨੇ ਦਰਦ ਜ਼ੈਨਬ ਦੇ ਕੋਲ ਨੇ ਤੇ ਪੁੱਤਰਾਂ ਦੀ ਲਾਸ਼ ਸੈਡ ਤੇ ਕਰਕੇ ਤੇ ਵੀਰ ਹੁਸੈਨ ਦੇ ਪੁੱਤਰ ਦੀ ਲਾਸ਼ ਗੋਦ ਵਿੱਚ ਰੱਖੀ ਆਂਦੀ ਵਫਾਦਾਰ ਭਤੀਜਿਆ ਬੋਲਤ ਸਹੀ ਚੁੰਮ ਲਵਾਂ ਜ਼ੁਲਫ ਜ਼ੰਜੀਰ ਤੇਰੀ ਮੈਨੂੰ ਭੁੱਲਣੀ ਨਹੀਂ ਤਸਵੀਰ ਤੇਰੀ ਮੈਨੂੰ ਆਪਣੇ ਪੁੱਤਰ ਨਹੀਂ ਯਾਦ ਰਹਿਣੇ ਮੈਨੂੰ ਭੁੱਲਣੀ ਨਹੀਂ ਤਸਵੀਰ ਤੇਰੀ ਮੈਨੂੰ ਆਪਣੇ ਪੁੱਤਰ ਨਹੀਂ ਯਾਦ ਰਹਿਣੇ ਜਿਹੜੇ ਵੇਲੇ ਦੋਸਤ ਅਰਜ ਕਰਦੀ ਗਲੇ ਲਾਇਆ ਪੁੱਤਰਾਂ ਦੇ ਲਾਸ਼ੇ ਨੇ ਜਰਾ ਸੁਣੀਏ ਦਰਦ ਨਾਲ ਅਰਜ ਕਰਦਾ ਪਿਆ ਵੀ ਉੱਧਰ ਯਕਮ ਮੁਹਰਮ ਦਾ ਦੇਣੀ ਇਮਾਮ ਕਰਬਲਾ ਪਹੁੰਚੇ ਨੀ ਦੋਨੋਂ ਬੱਚੇ ਸ਼ਹੀਦ ਹੋਏ ਨੀ ਉੱਧਰ ਇਮਾਮ ਕਰਬਲਾ ਪਹੁੰਚੇ ਨੀ ਜਦੋਂ ਯਕਮ ਨੂੰ ਪੁੱਛਿਆ ਕਿਹੜੀ ਜਾਏ ਆਕਾ ਮਿਦਾਨੇ ਕਰਬਲਾ ਹਰਮਾ ਡੇਰੇ ਲਾ ਦੂੰ
ਇਹੋ ਮੇਰੀ ਆਖਰੀ ਆਰਾਮ ਦਾ ਹੈ। ਮੇਰੇ ਨਾਨਾ ਰਸੂਲ ਨੇ ਫਰਮਾਇਆ ਸੀ ਮੇਰਾ ਹੁਸੈਨ ਸ਼ਹੀਦ ਹੋਏਗਾ, ਮੈਨੂੰ ਜਬਰੀਲ ਕਰਬਲਾ ਦੀ ਮੱਟੀ ਤੇ ਖਾ ਕੇ ਗਿਆ ਵੀ। ਮੇਰੇ ਨਬੀ ਨੇ ਫਰਮਾਇਆ ਸੀ ਮੇਰਾ ਬੱਚੜਾ ਸ਼ਹੀਦ ਹੋਏਗਾ। ਜਦੋਂ 72 ਆਦਮੀਆਂ ਤੇ ਮੁਸ਼ਤਮਿਲ ਕਾਫਲਾ ਡੇਰਾ ਲਾਇਆ ਵੀ, ਇੰਨਾ ਨੀਲਾ ਹੋਇਆ ਇੰਨਾ ਲਹਿਰਾ ਜੀ ਸੱਤ ਤੱਕ ਮਜ਼ਾਕ ਰਾਤ ਨਹੀਂ। ਜਦੋਂ ਦੋਸਤਾਂ ਆਪਣੇ ਜ਼ਿਆਦ ਨਹੀਂ ਸ਼ਿਮਰ ਨੂੰ 1000 ਫੌਜ ਦਾ ਲਸ਼ਕਰ ਸਵਾਰ ਵੇਜਿਆ ਵੀ ਕਿ ਨਹਿਰੇ ਬਰਾਤ ਤੇ ਪਾਣੀ ਬੰਦ ਕਰ ਦੂੰ, ਸੈਯਦ ਤੇ ਪਾਣੀ ਬੰਦ ਕਰ ਦੂੰ, ਹੌਜ਼ੇ ਕੌਸਰ ਦੇ ਵਾਰਸਾਂ ਤੇ ਪਾਣੀ ਬੰਦ ਕਰ ਦੂੰ, ਅਲੀ ਦੇ ਲਾਲ ਤੇ ਪਾਣੀ ਬੰਦ ਕਰ ਦੂੰ, ਨਵੀਂ ਦੁਨੀਆ 'ਚ ਖਾਲੇ ਮੁਹੰਮਦ ਤੇ ਪਾਣੀ ਬੰਦ ਕਰ ਦੂੰ, ਖਾਨਦਾਨੇ ਰਸੂਲ ਤੇ ਪਾਣੀ ਬੰਦ, ਤਿੰਨ ਦਿਨ ਦੇ ਤੇਰੇ ਆਏ ਸੈਯਦ ਹੋਈਆਂ ਸਭ ਦੀਆਂ ਖੁਸ਼ਕ ਜ਼ਬਾਨਾਂ, ਫੇਰ ਵੀ ਵੱਧ ਵੱਧ ਦਿੱਤੀਆਂ ਜਾਨਾਂ, ਮੇਰੇ ਗਾਦੀਆਂ ਸ਼ੇਰ ਜਵਾਨਾਂ, ਅਲੀ ਕਾ ਘਰ ਵੀ ਕਿਆ ਘਰ ਹੈ ਉਹ ਜਿਸ ਘਰ ਕੋ ਹਰ ਇੱਕ ਬੱਚਾ ਜਿਸੇ ਦੇਖੋ ਉਹੀ ਸ਼ੇਰ ਖੁਦਾ ਮਲੂਮ ਹੋਤਾ ਹੈ। ਜਦੋਂ ਮੇਰੇ ਇਮਾਮ ਆਲੀ ਮੁਕਾਮ ਨੇ ਬਾਰ ਖੁਤਬਾ ਦਿੱਤਾ ਬਾਗਿਓ ਜਾਣਦੇ ਜੇ ਮੈਂ ਕੌਣ ਹਾਂ, ਮੇਰੇ ਨਾਨਾ ਰਸੂਲ ਨੇ ਫਰਮਾਇਆ ਸੀ ਹੁਸੈਨੋ ਮਿੰਨੀ ਵਾ ਆਨਾ ਮਿਨਲ ਹੁਸੈਨ, ਮੈਂ ਹੁਸੈਨ ਚੋਂ ਔਰ ਹੁਸੈਨ ਮੇਰੇ ਵਿੱਚੋਂ ਵੀ, ਜਿਹਨੂੰ ਮੇਰੇ ਨਾਨਾ ਰਸੂਲ ਨੇ ਜ਼ਬਾਨ ਚ ਸਾਈਏ ਮੈਂ ਜੰਨਤ ਦਾ ਸਰਦਾਰ ਹਾਂ, ਅਲ ਹਸਨੂ ਮਲ ਹੁਸੈਨੀ ਅਸੈਦਾ ਸ਼ਬਾਬ ਅਹਲ ਜੰਨਾ, ਜਿਹਨੇ ਜੰਨਤ ਦੇ ਸਰਦਾਰ ਵੇਖਣੇ ਨੀ ਮੇਰੀ ਬੇਟੀ ਫਾਤਮਾ ਦੇ ਲਾਲ ਵੇਖੇ, ਜਾਣਦੇ ਜੇ ਮੈਂ ਕੌਣ ਹਾਂ, ਮੇਰੇ ਤੇ ਪਾਣੀ ਬੰਦ ਕਰਦੇ ਜੀ, ਮੈਨੂੰ ਮੇਰਾ ਨਬੀ ਲੋਰੀਆਂ ਦਿੰਦਾ ਵੇ। ਜਦੋਂ ਦੋਸਤਾਂ 7 ਨੂੰ ਪਾਣੀ ਬੰਦ, 8 ਨੂੰ, 9 ਨੂੰ, 10 ਨੂੰ ਪਾਣੀ ਬੰਦੇ, ਸਿੱਖਦਾ ਸਕੀਨਾ ਹੀ ਜ਼ਰਾ ਨਿਕਲੋ ਸ਼ੇਰ ਕੇ ਚੱਕ ਚੋਂ, ਰੇਤ ਤਪਦੀ ਹੋਵੇ ਉੱਤੇ ਸੂਰਜ ਗਰਮੀ ਬਰਸਾ ਰਿਹਾ ਹੋਵੇ, ਨਾ ਕੋ ਨਲਕਾ ਨਾ ਡੌਂਕੀ ਪੰਪ ਨਾ ਟੈਂਕੀ ਮਸ਼ਕੀਜ਼ਾ ਖਾਲੀ ਹੋਵੇ ਤੇ ਜ਼ਬਾਨ ਖੁਸ਼ਕ ਹੋਵੇ। ਮੈਂ ਹੱਜ ਤੇ ਸਾਂ, ਮੈਂ ਖੁਦ ਅਰਫਾਤ ਦੇ ਮੈਦਾਨ 'ਚ ਇੱਕ ਬੰਦੇ ਨੂੰ ਕਿਹਾ ਯਾਰ ਇੰਨਾ ਕੋ ਪਾਣੀ ਦੇ, ਮੇਰੇ ਹੋਂਦ ਖੁਸ਼ਕ ਹੋ ਗਏ ਨਹੀਂ, ਮੈਂ ਕਿਹਾ ਥੋੜ੍ਹਾ ਜਿਹਾ ਪਾਣੀ ਦੇ ਮੇਰੇ ਹੋਂਦ ਖੁਸ਼ਕ ਨਹੀਂ। ਜ਼ਰਾ ਜੁਮਲਾ ਸੁਣੀਏ ਜ਼ਰਾ ਧਿਆਨ ਨਾਲ, ਮੈਂ ਆਪਣੀ ਮਿਆਦੀ ਜ਼ਿੰਦਗੀ ਨਾ ਕਿ ਮੰਦਰ ਤੁਹਾਨੂੰ ਦੱਸ ਦਿੱਤਾ ਹੈ, ਮੈਦਾਨੇ ਅਰਫਾਤ ਅੰਦਰ, ਮੈਂ ਕਿਹਾ ਯਾਰ ਮੇਰੇ ਹੋਂਦ ਖੁਸ਼ਕ ਨਹੀਂ, ਜ਼ਰਾ ਸੁਣੀਏ ਮੈਦਾਨੇ ਕਰਬਲਾ ਦੀ ਗਰਮੀ ਕੋਈ ਆਮ ਗਰਮੀ ਨਹੀਂ, ਰੇਤ ਤਪਦੀ ਪਈ, ਸੂਰਜ ਗਰਮੀ ਬਰਸਾ ਰਿਹਾ ਵੇ, ਹੋਂਦ ਖੁਸ਼ਕ ਹੈ ਸੈਯਦਾਦੇ ਨਹੀਂ ਆਲੇ ਰਸੂਲ ਨਹੀਂ ਖਾਨਦਾਨ ਰਸੂਲ ਦੇ ਬੱਚੜੇ ਨਹੀਂ ਔਰਤਾਂ ਨਹੀਂ ਬੱਚੇ ਨਹੀਂ। ਸਿੱਖਦਾ ਸਕੀਨਾ ਦੀ ਅੰਮੀ ਜੀ ਇੱਕ ਅਰਜ਼ ਕਰਾਂ, ਮੇਰੇ ਵੀਰ ਅਬਾਸ ਨੂੰ ਕਹੋ ਜ਼ਰਾ ਪਾਣੀ ਲੈ ਕੇ ਆਉਣ। ਚੱਚਾ ਅਬਾਸ ਪਾਣੀ ਲੈਣ ਗਏ ਨੀ ਨਹਿਰੇ ਪਰਾਤ, ਜਦੋਂ ਪਾਣੀ ਲੈ ਕੇ ਅਬਾਸ ਤੁਰਿਆ ਜ਼ਾਲਮ ਦਾ ਤੀਰ ਆਇਆ ਵੀ, ਇਬਨੇ ਜ਼ਿਆਦ ਦਾ ਬੇਜਿਆ ਸਪਾਈਏ, ਯਜ਼ੀਦ ਦਾ ਬੇਜਿਆ ਸਪਾਈਏ, ਸ਼ਿਮਰ ਦਾ ਬੇਜਿਆ ਸਪਾਈਏ, ਮੇਰੇ ਅਬਾਸ ਦਾ ਬਾਜ਼ੂ ਕਲਮ ਹੋਇਆ, ਦੂਸਰਾ ਬਾਜ਼ੂ ਕਲਮ ਹੋ ਗਿਆ ਵੇ, ਦੋਨੋਂ ਬਾਜ਼ੂ ਕੱਟ ਗਏ ਨੀ। ਜ਼ਰਾ ਸੁਣੀਏ ਮੁਸਲਮਾਨ ਨੂੰ, ਸੈਯਦ ਦੇ ਜ਼ੁਲਮ ਦੀ ਇੰਤਹਾ ਹੋਈ, ਅਬਾਸ ਦੋਸਤਾਂ ਸ਼ਹੀਦ ਹੋ ਗਏ ਨੀ, ਇੰਨਾ ਨੀਲਾ ਹੋਇਆ ਇੰਨਾ ਲਹਿਰਾਜ। ਹਜ਼ਰਤ ਨਵਾਸਾ ਰਸੂਲ ਨੇ ਜਿਹੜੇ ਵੇਲੇ ਆਪਣੇ ਜਵਾਨ ਵੀਰ ਦਾ ਲਾਸ਼ਾ ਚੁੱਕਿਆ ਵੇ, ਖੈਮਿਆਂ ਦੇ ਅੰਦਰ ਸੈਯਦ ਲੈ ਕੇ ਅਬਾਸ ਦਾ ਲਾਸ਼ਾ ਪਹੁੰਚਿਆ ਹੈ, ਦੁਨੀਆਂ ਦੇ ਚੱਚੇ ਬੜੇ ਹੋਣਗੇ, ਵਾਹ ਅਬਾਸ ਖਾਨਦਾਨ ਤੋਂ ਵੀਰਾ ਜਾਨ ਕੁਰਬਾਨ ਕਰ ਗਿਆ, ਪਾਣੀ ਅਬੀਰ ਵਾਸਤੇ ਜਾਨ ਕੁਰਬਾਨ ਕਰ ਗਿਆ ਵੇ, ਹੁਣੇ ਹੈਦਰੀ ਵਪਾਰ ਦੀ ਅਲਾਮਤ ਹੈ। ਜਦੋਂ ਦੋਸਤ ਅਰਜ਼ ਕਰਦਾ ਪਿਆ ਹੁਣ ਮੁਹੰਮਦ ਸ਼ਹੀਦ ਹੋ ਗਏ ਨੀ, ਕਾਸਮ ਅਬਾਸ ਸ਼ਹੀਦ ਹੋ ਗਏ ਨੀ, ਉੱਧਰ 10
ਮੁਹਰਮ ਦੀ ਰਾਤ ਆ ਗਈ। ਜ਼ਰਾ ਲਫ਼ਜ਼ ਸੁਣਿਆ ਜੀ, ਥੋੜ੍ਹੀ ਜਿਹੀ ਰੇਤ ਦਾ ਗੜਾ ਖੋਦਿਆ ਅਤੇ ਸਕੀਨਾ ਦੀ ਮੇਰੀ ਪੁੱਪੀ, ਰੇਤ ਫੋਲੀਏ, ਕੋਈ ਨਵੀਂ ਵਾਲੀ ਰੇਤ ਕੱਢੀਏ। ਕੱਪੜੇ 'ਚ ਲੈ ਕੇ ਵੱਟ ਦੇ ਕੇ ਵੀਰ ਅਲੀ ਅਸਗਰ ਦੇ ਹੋਂਟਾਂ 'ਤੇ ਪਾਣੀ ਦਾ ਕਤਰਾ ਸੁੱਟੀਏ। ਮੇਰੇ ਬੱਚੜੇ ਵੀਰ ਦੀ ਹਲਕ ਸੁੱਕ ਗਈ। ਲਾਮਾ ਜ਼ਹੀਰ ਲੈਂਦੇ ਨੇ 6 ਮਹੀਨੇ ਦਾ ਅਨਬੀ ਅਸਗਰ, ਜਿਹਨੂੰ ਦੋਸਤ ਅਬਦੁੱਲਾ ਕਹਿੰਦੇ ਨੇ। ਜ਼ਰਾ ਸੁਣੀਏ ਮੁਸਲਮਾਨ ਨੂੰ, ਜ਼ਹੀਰ ਰਹਿਮਾਨਲਾ ਆਪਣੀ ਕਿਤਾਬ 'ਚ ਲਿਖਿਆ ਵੇ, ਜਿਹੜੇ ਵੇਲੇ ਹੁਸੈਨ ਬੈਠੇ ਹੋਏ ਨੇ, ਮੀਰਾ ਥੱਲਿਓਂ ਰੇਤ ਕੱਢੀ, ਖੁਸ਼ਕ ਕੀਤੀ, ਹੱਥ ਦੀ ਪਾਨ ਦਿੱਤੀ, ਕੱਪੜੇ ਨਾਲ ਹੋਂਟ ਪਾਣੀ ਨਬੀ ਗਿਰੇ, ਮਗਰ ਕਰਬਲਾ ਦੀ ਰੇਤ ਖੁਸ਼ਕ। ਆਂਦੀ ਬੇਟੀ ਪਾਣੀ ਨਹੀਂ ਗਾ, ਰੇਤ ਖੁਸ਼ਕ ਹੋ ਗਈ। ਆਂਦੀ ਆ ਮੈਂ ਬਾਤ ਕਰਨੀ ਹੈ ਅੱਬੂ ਜੀ, ਸੁਣਿਆ ਦੁਨੀਆਂ ਦੇ ਉੱਤੇ ਤੁਹਾਡੀ ਅੰਮੀ ਫਾਤਮਾ ਨਾਨਾ ਰਸੂਲ ਨੂੰ ਬੜੀ ਪਿਆਰੀ ਜੀ। ਹੁਸੈਨ ਰੋਣ ਲੱਗ ਪਏ, ਹਾਂ ਅੱਬੂ ਜੀ, ਬੋਲੋ। ਹਾਂ ਮੇਰੀ ਧੀ, ਮੇਰੀ ਅੰਮੀ ਫਾਤਮਾ ਨਾਲ ਮੇਰਾ ਨਾਨਾ ਬੜਾ ਪਿਆਰ ਕਰਦਾ ਸੀ। ਹਾਂ ਅੱਬੂ ਜੀ, ਇਹ ਦੱਸੋ ਨਾ, ਸੁਣਿਆ ਅੰਮੀ ਫਾਤਮਾ ਜੋ ਆਪਣੇ ਅੱਬੂ ਨੂੰ ਕਵੇ ਮੇਰੇ ਨਾਨਾ ਰਸੂਲ ਮੰਨ ਲੈਂਦੇ ਸੀ। ਹਾਂ ਮੇਰੀ ਧੀ, ਮੈਂ ਜਾਣਨੀ ਸਭ ਕੁਝ ਮੰਨ ਲੈਂਦੇ ਸੀ ਮੇਰੇ ਅੱਬੂ ਜੀ। ਅੱਜ ਇੱਕ ਮੈਂ ਗੱਲ ਕਰਾਂ, ਆਖਰ ਮੈਂ ਤੁਹਾਡੀ ਧੀ ਹਾਂ, ਉਹ ਨਾਨਾ ਰਸੂਲ ਦੀ ਧੀ ਹੈ, ਮੈਂ ਤੁਹਾਡੀ ਧੀ ਹਾਂ। ਇੱਕ ਮੇਰੀ ਅਰਜ਼ ਮੰਨੋ, ਆਪਣੇ ਲਈ ਕੁਝ ਨਹੀਂ ਮੰਗਦੀ। ਉਹ ਪੁੱਤਰੋ, ਜ਼ਰਾ ਵੀਰਾਂ ਦੀ ਕਦਰ ਕਰਿਆ ਕਰੋ, ਖਾਨਦਾਨ ਰਸੂਲ ਦੀ ਬੇਟਾ ਬੈਠ ਜਾਓ, ਖਾਨਦਾਨ ਰਸੂਲ ਦੀ ਕਦਰ ਕਰਿਆ ਕਰੋ, ਛੋੜੋ ਸਿਰਫ ਗੁਫ਼ਤਗੂ ਸੁਣੋ ਜ਼ਰਾ ਧਿਆਨ ਨਾਲ। ਅੱਜ ਮੈਂ ਬੜਾ ਖੁਸ਼ ਹਾਂ, ਸਿਰ ਨਹੀਂ ਹਿਰ ਰਹੇ, ਏਡੀ ਤਵੱਜੋ ਨਾਲ ਮੈਂ ਪੂਰੇ ਮੁਹਰਮ ਵਾਕਿਆ ਕਰਬਲਾ ਬਿਆਨ ਨਹੀਂ ਕੀਤਾ। ਅੱਜ ਏਡੇ ਤਸਲਸਲ ਦੇ ਨਾਲ ਮੈਂ ਬੜੀ ਮੁਹੱਬਤ ਨਾਲ ਆਲੇ ਬੈਦ ਦਾ ਦਰਦ ਬਿਆਨ ਕਰ ਰਿਹਾ ਸਾਂ, ਤਾਂ ਕਿ ਜਿਤਨੇ ਮੇਰੇ ਦੋਸਤ ਆਏ ਨੇ ਅੱਜ ਆਲੇ ਮੁਹੰਮਦ ਦਾ ਦਰਦ ਸੁਣਾਵਾਂ। ਸ਼ਹੀਦਾ ਕਰਬਲਾ 'ਤੇ ਕਿੰਨਾ ਜ਼ੁਲਮ ਹੋਇਆ, ਮਜ਼ਲੂਮਾਂ ਨੇ ਕਰਬਲਾ 'ਤੇ ਕਿੰਨਾ ਜ਼ੁਲਮ ਹੋਇਆ ਵੇ, ਸੁਣੀਏ ਜ਼ਰਾ ਧਿਆਨ ਦੇ ਨਾਲ। ਕਹਿੰਦੀ ਅੱਬੂ ਜੀ, ਮੇਰੇ ਵੀਰ ਨੂੰ ਲੈ ਜਾਓ, ਕੂਫੀਆਂ ਨੂੰ ਕਵੋ ਹੁਸੈਨ ਨਾਲ ਦੁਸ਼ਮਣੀ ਜੀ, ਆ 6 ਮਹੀਨੇ ਦੇ ਮਸੂਮ ਅਲੀ ਅਸਗਰ ਦਾ ਕਿਆ ਕਸੂਰ। ਮੇਰੇ ਹੁਸੈਨ ਲੈ ਕੇ ਤੁਰੇ ਨੇ, ਬੇਟੀ ਨੂੰ ਗੱਲ ਨਾ ਲਾਇਆ। ਮੇਰੀ ਧੀ, ਇੱਕ ਗੱਲ ਕਰਾਂ, ਜਿੰਨਾ ਜਿਹਦਾ ਕਲਮਾ ਪੜਿਆ ਉਹਦੇ ਨਵਾਸੇ ਦਾ ਹਯਾ ਨਹੀਂ ਕੀਤਾ, ਤੇਰੇ ਵੀਰ ਦਾ ਕੀ ਹਯਾ ਕਰਨੀ। ਬੇਟੀ ਦੀ ਗੱਲ ਮੰਨੀ, ਮੇਰੇ ਹੁਸੈਨ ਦੀ ਗੱਲ ਬਾਹਰ ਨਿਕਲੇ ਨਹੀਂ। ਆਂਦੇ ਕੂਫੀਓ, ਮੇਰੇ ਪੁੱਤਰ ਨੂੰ ਪਾਣੀ ਪਿਲਾ ਦੋ, ਜ਼ਾਲਮ ਹੁਰਮਲ ਦਾ ਤੀਰ ਆਇਆ। ਜਾਓ ਜ਼ਾਲਮਾ, ਹੁਰਮਲਾ ਬੇਈਮਾਨਾ, ਤੀਰ ਮਾਰਿਆ ਬਚੜੇ ਸਗੀਰ ਤਾਈ, ਗੋਦੀ ਵਿੱਚ ਲੈ ਹੁਸੈਨ ਮੁੜਿਆ। ਇਹ ਤੋ ਹੁਸੈਨ ਕੇ ਬਾਜ਼ੂ ਜਾਣਤੇ ਹੈ, ਅਬਾਸ ਕਾ ਲਾਸ਼ਾ ਉਠਾਇਆ ਮੇਰੇ ਦੁਖੀ ਹੁਸੈਨ ਨੇ, ਬਾਂਜੋ ਕੇ ਲਾਸ਼ੇ ਉਠਾਏ ਮੇਰੇ ਦੁਖੀ ਹੁਸੈਨ ਨੇ, ਬੱਤੀ ਜੋ ਕੇ ਲਾਸ਼ੇ ਉਠਾਏ ਮੇਰੇ ਦੁਖੀ ਹੁਸੈਨ ਨੇ,
ਬਾਈ ਕੇ ਬਾਜ਼ੂ ਕੱਟੇ ਉਠਾਏ ਮੇਰੇ ਸਾਬਰ ਹੁਸੈਨ ਨੇ, ਕਰਬਲਾ ਬੇ ਮਜ਼ਲੂਮ ਹੁਸੈਨ ਤੇਰੀ ਸਬਰ ਪੇ ਕਿਆ ਬਾਤ ਕਰੂੰ, ਕਿਆ ਸ਼ਾਨ ਹੈ ਤੇਰੇ ਸਬਰ ਕਾ, ਆ ਮਨੁਸਤਹੀਨ ਬੇ ਸਬਰੀ ਵਸਲਾ ਇਨੱਲਾਹ ਮਾ ਸਾਬਰੀਨ। ਜ਼ਰਾ ਸੁਣੀਏ ਮੁਸਲਮਾਨ ਭਾਈਓ, ਵਾਲਾ ਨਬਲੂਵੰਨਕੁਮ ਬੇ ਸ਼ਈਇਨ ਮਿਨਲ ਖੌਫਿ ਵਲ ਜੁਈ ਵਨਫਸਿਨ ਮਿਨਲ ਅਮਾਲਿ ਵਲ ਅਨਫਸਿ ਵਸਮਰਾਤ ਵਬਸ਼ਰ ਸਾਬਰੀਨ ਵਬਸ਼ਰ ਸਾਬਰੀਨ ਅਲਜ਼ੀਨ ਆਲਜ਼ੀਨ ਇਜ਼ਾ ਸਾਬਤਹੁਮ ਮੁਸੀਬਤੁਲ ਕਾਲੂ ਇਨਾ ਲਿਲਾਹਿ ਵਇਨਾ ਇਲੈਹਿ ਰਾਜਿਊਨ। ਜਬ ਮੇਰੇ ਹੁਸੈਨ ਨੇ ਆਪਣੇ ਬੱਚੜੇ ਕੋ ਖਮੋਸ਼ ਲਾਇਆ, ਧੀਆਂ ਦੀ ਅੱਬੂ ਮੇਰੇ ਬੱਚੇ ਵੀਰ ਨੂੰ ਪਾਣੀ ਮਿਲ ਗਿਆ। ਹਾਂ ਮੇਰੀ ਧੀ, ਤੇਰੇ ਨਾਨਾ ਜ਼ੂਰ ਦੇ ਉਹਦੇ ਕੌਸਰ ਤੇਰੇ ਵੀਰ ਨੇ ਪਾਣੀ ਪੀ ਲਿਆ ਵੇ, ਮੇਰਾ ਬੱਚੜਾ ਸ਼ਹੀਦ ਹੋ ਗਿਆ ਵੇ। ਇਨਾ ਲਿਲਾਹਿ ਵਇਨਾ ਇਲੈਹਿ ਰਾਜਿਊਨ। ਆਖਰੀ ਲਫ਼ਜ਼ਾਂ ਤੱਕ ਤਫਾ ਕਰਾਂਗਾ। ਜਦੋਂ ਇਮਾਮ ਦੀ ਸ਼ਹਾਦਤ ਦਾ ਵੇਲਾ ਕਰੀਬ ਆਇਆ ਵੇ, 10 ਮੁਹਰਮ ਦੀ ਰਾਤ ਹੈ, ਮੇਰੀ ਭੈਣ ਜ਼ੈਨਬ ਮੈਂ ਜਾਣੀ ਹੈ ਮੈਂ ਕੌਣ ਆ। ਆਂਦੀ ਵੇ ਮੇਰੇ ਵੀਰ ਹੁਸੈਨ ਗਲੇ ਲੱਗ ਜਾਓ, ਤੂੰ ਮੇਰੀ ਅੰਮੀ ਫਾਤਮਾ ਦਾ ਪੁੱਤਰ ਹੁਸੈਨ, ਮੇਰੇ ਬਾਬੇ ਅਲੀ ਦਾ ਲਾਲ ਹੁਸੈਨ, ਮੇਰੇ ਨਾਨਾ ਰਸੂਲ ਦਾ ਪਿਆਰਾ ਹੁਸੈਨ, ਨਾਨਾ ਜੀ ਦਾ ਪਿਆਰਾ ਹੀ। ਗਲੇ ਲੱਗ ਜਾਓ, ਮੇਰੀ ਭੈਣ ਜਾਣਨੀ ਹੈ ਮੇਰੀ ਅੰਮੀ ਫਾਤਮਾ ਦਾ ਜਨਾਜ਼ਾ। ਰਾਤ ਦੇ ਅੰਧੇਰੇ 'ਚ ਗਿਆ ਸੀ, ਕੱਲ੍ਹ ਜਦੋਂ ਵੀਰ ਦੀ ਲਾਸ਼ ਵੇਖੇ ਬੇਪਰਦਾ ਬਾਹਰ ਨਾ ਵੀ, ਕਿਤੇ ਸੱਯਦ ਦੇ ਪਰਦੇ ਨੂੰ ਦਾਗਦਾਰ ਨਾ ਕਰ ਦੇਵੀ, ਮੇਰੇ ਨਬੀ ਦੀ ਪਿਆਰੀ ਦੋਤਰੀ ਏ। ਜਦੋਂ ਕਰਬਲਾ ਦਾ ਮੈਦਾਨ ਸੱਯਦਜ਼ਾਦੀਆਂ ਦੇ ਹਯਾਤ ਆਲਮ, ਜਦੋਂ ਦੋਸਤਾਂ ਹੁਸੈਨ ਇਬਨੇ ਅਲੀ ਸ਼ਹੀਦ ਹੋ ਗਏ ਨੇ, ਅਸਰ ਦਾ ਵੇਲਾ ਏ, ਖੈਮੇ ਲੁੱਟੇ ਗਏ ਨੇ, ਸੰਦੂਕ ਲੁੱਟੇ ਗਏ ਨੇ। ਸੁਣੀਏ ਇਮਾਮ ਜ਼ੈਨੁਲ ਆਬਦੀਨ ਨੂੰ ਮਾਰਨ ਲੱਗਾ ਸ਼ਿਮਰ, ਕਹਿਣ ਲੱਗੀ ਵੇ ਨਾ ਮਾਰੀ, ਮੇਰੇ ਹੁਸੈਨ ਦੀ ਆਖਰੀ ਨਿਸ਼ਾਨੀ ਊ, ਮੇਰੇ ਵੀਰ ਹੁਸੈਨ ਦਾ ਪੁੱਤਰ ਬਿਮਾਰ ਵੇ, ਬਿਮਾਰ ਨੂੰ ਨਾ ਮਾਰੀ, ਮੇਰੇ ਖੈਮੇ 'ਚ ਨਾ ਆਵੀਂ, ਮੈਂ ਹੈਦਰੇ ਕਰਾਰ ਦੀ ਦੀ ਆਂ, ਮੈਂ ਨਬੀਆਂ ਦੇ ਸਰਦਾਰ ਦੀ ਦੋਤਰੀ ਏ। ਜਦੋਂ ਦੋਸਤਾਂ ਸਰੇ ਹੁਸੈਨ ਨੇਜ਼ੇ ਜੁਦਾ ਹੋਇਆ, ਸੁਣੋ ਸ਼ਿਮਰ ਦੁਨੀਆ ਦਾ ਕੁੱਤਾ ਏ, ਮੇਰੇ ਨਬੀ ਦੇ ਪਿਆਰੇ ਨੂੰ ਆਸੇ ਦਾ ਸਰ ਤਨ ਤੋਂ ਜੁਦਾ ਕਰਦਾ ਏ। ਲਾਸ਼ਾਂ ਬਿਖਰੀਆਂ ਪਈਆਂ ਨੇ, ਸਰੇ ਹੁਸੈਨ ਨੇਜ਼ੇ ਚੜ ਗਿਆ ਵੇ, ਇਮਾਮ ਜ਼ੈਨੁਲ ਆਬਦੀਨ ਕੈਦੀ ਬਣ ਗਏ ਨੇ। ਜਦੋਂ ਸੱਯਦ ਦਾ ਕਾਫਲਾ 10 ਮੁਹਰਮ ਦੀ ਰਾਤ ਏ, ਲਾਸ਼ਾਂ ਬਿਖਰੀਆਂ ਪਈਆਂ ਨੇ, ਅਰਜ਼ ਕਰਨਾ ਚਾਹ ਰਿਹਾ ਵੇ, ਇਮਾਮ ਜ਼ੈਨੁਲ ਆਬਦੀਨ ਖੜੇ ਨੇ। ਸਿੱਖਦਾ ਜ਼ੈਨ ਬਾਂਦੀ ਏ, ਵੇ ਜ਼ਾਲਮਾਂ ਜ਼ਰਾ ਵੀਰ ਦੀ ਲਾਸ਼ ਦੇ ਨੇੜੇ ਉਲੰਘੀ, ਵੀਰ ਦਾ ਲਾਸ਼ਾ ਪਿਆ ਵੇ। ਆਂਦੀ ਏ ਵੀਰਾ ਮਦੀਨੇ ਕੀ ਦੱਸਾਂਗੀ, ਖਾਨਦਾਨ ਕਟਾ ਕੇ ਆ ਗਈ ਏ। ਜਦੋਂ ਸਰੇ ਹੁਸੈਨ ਨੇ ਦੇ ਚੜਿਆ, ਬੀਬੀ ਪਾਕ ਦੀ ਸਵਾਰੀ ਰੁਕ ਗਈ, ਹਾਰ ਦੁਨੀਆਂ ਦੇ ਕੁੱਤੇ ਆਓ, ਸ਼ਿਮਰ ਦੁਨੀਆਂ ਦਾ ਕੁੱਤਾ ਇਨਸਾਨ, ਇਬਨੇ ਜ਼ਿਆਦ ਦੁਨੀਆਂ ਦਾ ਕੁੱਤਾ ਏ, ਇੰਨਾ ਨੀ ਲਾਏ ਹੋਆ ਇੰਨਾ ਲਹਿਰਾਜ, ਸਿੱਖਦਾ ਤੇ ਜ਼ੁਲਮ ਢਾ ਦਿੱਤਾ, ਪਾਰ ਡਿੱਗ ਪਿਆ ਹੁਸੈਨ ਤੇ ਵੀਰਾ ਉਹਨਾਂ ਦੀ ਗਮਾਂ ਦਾ। ਜਦੋਂ ਦੋਸਤਾਂ ਸਰ ਨੇਜ਼ੇ ਤੇ ਚੜਿਆ ਵੇ, ਇੱਥੇ ਜੁਮਲਾ ਕਮਾਂਗਾ, ਬੀਬੀ ਪਾਕ ਨੂੰ ਸ਼ਿਮਰ ਕਹਿੰਦਾ ਏ, ਖੌਲੀ ਬਨੇ ਯਜ਼ੀਦ ਸਰ ਲੈ ਕੇ ਅੱਗੇ ਅੱਗੇ ਜਾ ਰਿਹਾ ਏ, ਕਹਿੰਦੀ ਏ ਰੁਕ ਜਾ ਮੈਂ ਨਹੀਂ ਉਚਲਣਾ। ਕਹਿਣ ਲੱਗੇ ਅਲੀ ਦੀਦੀ ਵਜ੍ਹਾ ਕਿਆ ਹੈ ਜ਼ੈਨਬ, ਕਹਿੰਦੀ ਇੱਕੋ ਗੱਲ ਏ, ਮੈਨੂੰ ਦੁਨੀਆਂ 'ਚ ਕੋਈ ਭੈਣ ਵਖਾ ਜਿਹੜੀ ਵੀਰ ਦਾ ਸਰ ਵੇਖ ਕੇ ਤੁਰਨ ਜੋਗੀ ਹੋਵੇ। ਇੱਕ ਮਿੰਟ ਜ਼ਰਾ ਤਸੱਵਰ ਮੇਂ ਚਲੇ, ਸੋਚੇ ਜ਼ਰਾ ਆਪਣੇ ਦਿਮਾਗ ਸੇ, ਜਿਸ ਬਹਿਨ ਸੇ ਹਮਜ਼ਾ ਸੈਯਦੁਲ ਸ਼ੁਹਦਾ ਰਜ਼ੀ ਅੱਲਾਹ ਤਾਲਾ ਨੂੰ ਹੋ ਕੀ
ਕੱਟੀ ਹੋਈ ਲਾਸ਼ ਬਰਦਾਸ਼ਤ ਨਾ ਹੋ। ਬਹਿਨ ਸੇ ਭਾਈ ਕਾ ਸਰ ਤਨ ਸੇ ਜੁਦਾ ਹੋਤਾ ਹੁਆ ਦੇਖ ਕਰ ਕਿਸ ਤਰ੍ਹਾਂ ਬਰਦਾਸ਼ਤ ਹੁਆ। ਜ਼ੈਨਬ ਕਾ ਸਬਰ ਕਿਆ ਬਿਆਨ ਕਰ ਬੋਲੋ। ਇਧਰ ਕਭੀ ਆਪਣੇ ਦੇਖਾ ਹਜ਼ਰਤ ਸਾਹਿਬ ਜਿਤਨਾ ਮਰਜ਼ੀ ਮਜ਼ਹਬੀ ਗਰਾਨਾ ਹੋ, ਮੈਨੇ ਦੇਖਾ ਬਹਿਣੇ ਚੌਕ ਸੇ ਰੋਣਾ ਸ਼ੁਰੂ ਕਰ ਦਿੱਤੀ ਮੇਰਾ ਭਾਈ ਚਲੇ ਗਿਆ। ਮੈਨੇ ਆਪਣੀ ਅੱਖੋਂ ਸੇ ਦੇਖਾ ਹੈ ਜਿਤਨਾ ਮਰਜ਼ੀ ਮਜ਼ਹਬੀ ਗਰਾਨਾ ਹੋ, ਬਹਿਣੇ ਚੌਕ ਸੇ ਰੋਣਾ ਸ਼ੁਰੂ ਕਰ ਦਿੱਤੀ ਪਟਵਾਰੀ ਸਾਹਿਬ ਜੈਸੇ ਬੰਦੇ ਦੇਖ ਕੇ ਸਮਝ ਜਾਂਦੇ ਇਹ ਕਿਸੇ ਕੀ ਬੇਟੀ ਆਈ ਜਾਂ ਬਹਿਣ ਆਈ ਹੈ। ਇਤਨਾ ਦਰਦ ਤੋ ਔਰ ਕਿਸੀ ਮੇਂ ਨਹੀਂ ਹੋਤਾ। ਮੁਝੇ ਬਤਾਓ ਜੋ ਮੈਯਤ ਘਰ ਮੈਂ ਪੜੀ ਹੋ ਤੇ ਭੈਣਾਂ ਚੌਕ ਚ ਰੋਦੀ ਹੈ ਤੇ ਜਿਹਦੇ ਸਾਹਮਣੇ ਸਾਰਨੇ ਦੇ ਚੜਿਆ ਹੋ ਬੇਟੋ ਕੇ ਲਾਸ਼ੇ ਹੋ ਭਤੀਜੋ ਕੇ ਲਾਸ਼ੇ ਹੋ